ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਸਾਹਿਬ ਦਾ, ਉਮੀਦ ਕਰਨਾ ਸਭ ਖਰੀਏ ਨਾਲ ਹੋਣਗੇ। ਆਪਾਂ ਜਾ ਰਹੇ ਹਾਂ ਜਨਾਬ ਅੱਜ ਪਿੰਡ ਕੋਵਾਵਾ ਕੋ 2-3 ਹਫ਼ਤਿਆਂ ਬਾਅਦ। ਉਸ ਤੋਂ ਬਾਅਦ ਸਾਡੇ ਰਹਿਮਾਨ ਭਾਈ ਵੀ ਆਏ ਨੇ ਪਾਕਿਸਤਾਨ, ਜੋ ਕਿ ਸਬਜ਼ੀਆਂ ਹੁੰਦੇ ਨੇ ਅਤੇ ਗੰਢੇ ਛੰਡੇ ਵੇਚ ਕੇ ਆਏ ਨੇ। ਆਉਂਦੇ ਦਿਲ ਨਹੀਂ ਲੱਗਦਾ ਅਤੇ ਚਲੀਏ ਆਪਣੇ ਵਤਨਾਂ ਨੂੰ। ਅਤੇ ਆਏ ਨੇ ਜਨਾਬ, ਉਹ 2-3 ਹਫ਼ਤੇ ਹੋ ਗਏ ਨੇ ਅਤੇ ਮੈਂ ਉਹੀ ਗੱਲ ਕਿ 2 ਦਿਨ ਹਫ਼ਤੇ ਹੋ ਗਏ ਨੇ ਮੈਂ ਪਿੰਡ ਕੋਈ ਨਹੀਂ ਗਿਆ। ਅਤੇ ਅੱਜ ਮੈਂ ਜਨਾਬ ਜਾ ਰਿਹਾ ਪਿੰਡ, ਕਿਉਂਕਿ ਵਾਹਵਾ ਦਿਨ ਹੋ ਗਏ ਦੋਸਤਾਂ ਨੂੰ ਮਿਲਣ 'ਤੇ ਦਿਲ ਕਰਦਾ ਸੀ ਪਿਆ ਅਤੇ ਕੋਈ ਨਹੀਂ ਜਾਇਆ ਜਾਂਦਾ, ਬਸ ਥੋੜ੍ਹੀ ਮਸਰੂਫੀਆ ਦੀ। ਅਤੇ ਹੁਣ ਮੈਂ ਜਨਾਬ ਜਾ ਰਿਹਾ ਪਿੰਡ, ਥੋੜ੍ਹੀ ਦੁਪਹਿਰ 'ਤੇ, ਦੁਪਹਿਰ ਲੱਗੀ ਹੈ, ਗਰਮੀ ਹੈ, ਲੇਕਿਨ ਚਲੋ ਟੁੱਟ ਜਾਂਦੇ ਹਾਂ, ਕੋਈ ਨਹੀਂ ਖੈਰ ਹੀ ਹੈ। ਅਤੇ ਪਿੰਡ ਜਾ ਕੇ ਜਨਾਬ ਵੇਖਦੇ ਹਾਂ ਦੋਸਤਾਂ ਦੀ ਕੀ ਸੂਰਤ ਹਾਲ ਹੈ। ਦੋਸਤਾਂ ਨੂੰ ਮਿਲਣ 'ਤੇ ਦਿਲ ਕਰਦਾ ਸੀ ਯਾਰ, ਮੈਂ ਚਲੋ ਯਾਰ ਟੁੱਟ ਜਾਂਦੇ ਹਾਂ। ਹੁਣ ਮੈਂ ਜਾ ਰਿਹਾ ਪਿੰਡ, ਪਿੰਡ ਉਹ ਪਿੰਡ ਨਹੀਂ ਕਹਿਣਾ, ਸ਼ਹਿਰ ਕਾਮਲਿਟ ਕਹਿਣਾ। ਉਹ ਜਨਾਬ ਹੁਣ ਰਹਿਮਾਨ ਭਾਈ ਦੇ ਜਵਾਬ ਦੇ ਬੰਦੇ ਆਉਂਦੇ ਨੇ ਅਤੇ ਜਨਾਬ ਉਹਨਾਂ ਨੂੰ ਮਿਲਦੇ ਹਾਂ ਕਿ ਕਿਵੇਂ ਯਾਰ। ਮਾਰ ਪਤਾ ਨਹੀਂ ਕਿੱਥੇ ਰਹਿ ਗਿਆ, ਆਉਂਦਾ ਨਹੀਂ ਪਿਆ, ਰੁਕਦੇ ਹਾਂ ਉਹਨਾਂ ਨੂੰ ਮਿਲਣ ਵਾਸਤੇ। ਤੂੰ ਆਉਂਦਾ ਹੀ ਨਹੀਂ ਪਿਆ ਕੋਈ। ਉਹ ਆ ਗਏ ਹੋ, ਐ ਵੇਖੋ ਜੀ, ਐ ਜੇ ਸਬਜ਼ੀ ਹਾਲ ਹੈ। ਸੁਣਾਓ ਜਨਾਬ ਕੀ ਹਾਲ ਹੈ, ਠੀਕ ਹੋ? ਸੁਣਾਓ ਸਿਹਤ ਜੀ, ਠੀਕ ਹੈ? ਅੱਛਾ ਯਾਰ, ਸਹੀ ਸਹੀ ਗੱਲ ਦੱਸਣੀ ਹੈ, ਇੱਥੇ ਗਰਮੀ ਪੂਰੀ ਕਿ ਉੱਥੇ ਉੱਥੇ ਗਰਮੀ ਬਹੁਤੀ ਸਬਜ਼ੀ ਹਾਲ ਜ਼ਿਆਦਾ? ਅੱਛਾ, ਹੋਰ ਸਭ ਵਧੀਆ, ਕੰਮ ਸ਼ਾਮ ਠੀਕ ਜਾ ਰਿਹਾ? ਉੱਥੇ ਗੰਢੇ ਗੰਢੇ ਵੇਚ ਕੇ ਆਏ ਹੋ? ਸਭ ਕੁਛ ਚੱਲ ਰਿਹਾ। ਅੱਛਾ ਜੀ, ਅਤੇ ਕੰਮ ਦੀ ਕੀ ਸੂਰਤ ਹਾਲ ਹੈ ਦੱਸੋ। ਹਾਂ, ਦੋਸਤ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਥੋੜ੍ਹਾ ਜਿਹਾ ਪੈਗਾਮ ਮੈਸੇਜ ਦਿਓ, ਆਉਣ ਜਾਂ ਨਾ ਆਉਣ। ਆਪਣੀ ਕਿਸਮਤ ਨੂੰ ਅਜ਼ਮਾਓ ਜਾ ਕੇ, ਰੋਟੀ ਪਾਣੀ ਜਿਹੜੀ ਉੱਥੇ ਬਿਹਤਰ ਹੈ ਜਾਂ ਇੱਥੇ ਬਿਹਤਰ ਹੈ? ਹਾਂਜੀ, ਬਿਲਕੁਲ ਸਹੀ ਗੱਲ ਹੈ। ਹਾਂ ਬਿਲਕੁਲ, ਜਾਣਾ ਚਾਹੀਦਾ ਉੱਥੇ, ਜਾ ਕੇ ਵੇਖਣਾ ਚਾਹੀਦਾ ਯਾਰ, ਹੋ ਸਕਦਾ ਕੋਈ ਇਸ ਨਾਲ ਬਿਹਤਰ ਹੋਏ ਸਿਚੁਏਸ਼ਨ ਹੋ ਸਕੇ, ਕਿਉਂਕਿ ਇੱਥੇ ਦਿਨ ਬ ਦਿਨ ਜਿਹੜਾ ਨਾ ਸਿਚੁਏਸ਼ਨ ਹੋ ਰਹੀ ਹੈ ਖਰਾਬ। ਸਹੀ ਹੈ, ਅਤੇ ਤੁਸੀਂ ਭਾਈ ਇਹੀ ਕਹਿਣਾ ਚਾਹੁੰਦੇ ਹੋ ਕਿ ਆਓ ਉੱਥੇ ਜਾ ਕੇ ਤੁਸੀਂ ਵੇਖੋ, ਤੁਸੀਂ ਵੀ ਪ੍ਰਦੇਸ਼ ਦਾ ਮਜ਼ਾ ਚੱਖੋ। ਚਸ ਲੈਣੀ ਚਾਹੀਦੀ। ਹਾਂਜੀ ਬਿਲਕੁਲ ਬਿਲਕੁਲ, ਚਸ ਲੈਣੀ ਚਾਹੀਦੀ ਹੈ। ਹੋਰ ਭਾਈ, ਕੰਮ ਸ਼ਾਮ ਦੀ ਠੀਕ? ਕੰਮ ਸ਼ਾਮ ਦੀ ਸੂਰਤ ਹਾਲ ਠੀਕ ਹੈ ਨਾ? ਅਤੇ ਮੈਂ ਵੀ ਆਈ ਹਾਂ ਕਿ ਮੈਂ ਇੱਥੇ ਰਹਾਂ। ਹਾਂ ਠੀਕ ਹੋ ਗਿਆ ਭਾਈ। ਅਤੇ ਭਾਈ ਮੈਂ ਤੁਹਾਡੇ ਕੋਲ ਆਉਣਾ, ਤੁਸੀਂ ਕਿਹੜੇ ਸ਼ਹਿਰ ਹੁੰਦੇ ਹੋ? ਹਾਲਾਤ ਅਲਮਜਮਾ ਠੀਕ ਹੈ? ਅਤੇ ਮੈਂ ਆਵਾਂਗਾ ਅਤੇ ਕੋਈ ਮੈਨੂੰ ਵੈਲਕਮ ਕਰੋ ਕਿ ਬਸ? ਬੜੀ ਮਿਹਰਬਾਨੀ ਜਨਾਬ, ਬੜੀ ਮਿਹਰਬਾਨੀ। ਅਤੇ ਹੁਣ ਕੀ ਸਲਾਹ, ਕਿੱਦਾਂ ਦੇ ਆਇਓ ਯਾਰ? ਵਾਹਵਾ ਦਿਨ ਹੋ ਗਏ ਨੇ ਪਹਿਲੇ ਨੰਬਰ 'ਤੇ, ਮੈਂ ਮਾਜ਼ਰਤ ਚਾਹੁੰਦਾ ਕਿ ਯਾਰ ਤਕਰੀਬਨ ਵਾਹਵਾ ਦਿਨ ਹੋ ਗਏ, ਹੁਣ ਮੈਂ ਵੀ ਪਿੰਡ ਨੇ ਆਇਆ, ਕੋਈ ਤੁਸੀਂ ਵੀ ਆਇਓ ਅਤੇ ਮੈਂ ਯਾਰ ਤੁਹਾਡੀ ਥੋੜ੍ਹਾ ਲੇਟ ਹੀ ਆਇਆ ਮਿਲਣ ਭਰਾ ਨੂੰ। ਮੈਂ ਨਾ ਵੀ ਯਾਰ ਭਰਾ ਗਿਲਾ ਨਾ ਕਰੇ ਯਾਰ ਮੇਰੇ ਨਾਲ, ਕਿਉਂਕਿ ਮੈਂ ਥੋੜ੍ਹਾ ਜਿਹਾ ਮਸਰੂਫ ਹਾਂ। ਫਿਰਨ ਟੁਰਨਾ ਉਹ ਪਿੰਡ ਦਾ ਰੌਣ ਮਾਰਨਿਆ ਵੇਖਦਾ, ਸਾਰੇ ਬਛਿੰਦਰ ਖਲੋਤੇ ਨੇ ਭਾਈ ਜਨਾਬ, ਹੁਣ ਜਾ ਰਿਹਾ ਪਿੰਡ ਦਾ ਰੌਣ। ਉਹ ਵੇਖੋ, ਉਹ ਵੇਖੋ, ਉਹ ਜਨਾਬ 6 ਵੱਜ ਗਏ ਨੇ, ਕਰ ਛੋੜੋ ਬੰਦ ਦੁਕਾਨ ਭਾਈ, ਦੁਕਾਨ ਬੰਦ ਨੀ ਕਰਨੀ ਹਲੇ, ਕਰ ਛੋੜੋ ਦੁਕਾਨ ਬੰਦ। ਇਹ ਵੇਖੋ, ਇਹ ਚੂਚਾ ਵੀ ਇੱਕੋ ਹੀ ਰਹਿ ਗਿਆ ਜੇ ਹਲੇ, ਭਾਈ ਦੁਕਾਨ ਬੰਦ ਕਰ ਛੋੜੋ ਯਾਰ, ਹੁਣ ਕਰ ਛੋੜੋ, ਕਰ ਛੋੜੋ, ਇੱਕੋ ਹੀ ਚੂਚਾ ਰਹਿ ਗਿਆ। ਚੱਲ ਸਾਮੀ ਫੜ ਚੂਚਾ ਯਾਰ, ਕੱਢ ਵਿੱਚੋਂ ਜਨਾਬ, ਹੁਣ ਆਪਣਾ ਕਾਫਲਾ ਜਾ ਰਿਹਾ ਜ਼ਰਾ ਉਹ ਪਿੰਡ ਛਿੰਡ ਦਾ ਰੌਣ ਕੱਢਣ। ਠੀਕ ਹੈ, ਵੇਖ ਸਕਦੇ ਹੋ ਆਪਣੇ ਆਪਣੇ ਬਛਿੰਦਰ ਜਿੰਨੇ ਵੀ ਹੈ ਨੇ ਸਾਰੇ ਨਾਲ ਨੇ, ਉਹ ਅਲੀ ਭਾਈ ਨੇ ਥੋੜ੍ਹੀ ਜਿਹੀ ਦੁਕਾਨ ਬੰਦ ਕਰਨ ਦੀ ਕੋਸ਼ਿਸ਼ ਕਰਨ ਡਏ ਨੇ। ਠੀਕ ਹੈ, ਅਤੇ ਉਹਨਾਂ ਨੂੰ ਸਮਝਾ ਰਿਹਾ ਕਿ ਯਾਰ ਦੁਕਾਨ ਬੰਦ ਕਰੋ, ਚੂਚਾ ਇੱਕੋ ਹੀ ਰਹਿ ਗਿਆ, ਅਤੇ ਉਹਨੂੰ ਚੂਚੇ ਨੂੰ ਜਿਹੜਾ ਨਾ ਆਪ ਹੀ ਕਰੋ ਕਰਕੇ ਅਤੇ ਆਪ ਹੀ ਖਾਓ। ਅਤੇ ਹੁਣ ਜਨਾਬ ਜਾ ਰਿਹਾ ਗਰਾਊਂਡ ਦੀ ਤਰਫ, ਗਰਾਊਂਡ ਦੀ ਤਰਫ ਜਿਹੜੇ ਨਾ ਉਹ ਫੁੱਟਬਾਲ ਖੇਡਣ ਜਾ ਰਿਹਾ, ਇਹ ਜਨਾਬ ਜਾ ਰਿਹਾ ਫਿਰ ਫੁੱਟਬਾਲ ਵੇਖਦੇ ਹਾਂ, ਜਾ ਕੇ ਫੁੱਟਬਾਲ ਦੀ ਗੇਮ ਅੱਜ ਵੇਖਦੇ ਹਾਂ। ਤੁਸੀਂ ਜਨਾਬ, ਤੁਸੀਂ ਪਿਆਰੇ ਦੋਸਤ, ਤੁਸੀਂ ਜਾਓ ਅਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡਾ ਹੀ ਕੰਮ ਹੈ।
ਕਿੱਥੇ ਰਹਿ ਗਏ ਸਾਰੇ? ਚਲੋ 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 ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ। ਚਲੋ ਗਾਓ ਜਾ ਖੇਡੋ ਫੁੱਟਬਾਲ ਗਾਓ। ਚਲੋ ਓਏ ਤੁਸੀਂ ਵੀ ਜਾ ਖੇਡੋ ਫੁੱਟਬਾਲ ਗਾਓ। ਚਲੋ ਮਾਨ ਭਾਈ ਆ ਗਾਓ। ਵੇਖੋ ਜਨਾਬ ਤੁਹਾਨੂੰ ਫੁੱਟਬਾਲ ਦੀ ਥੋੜਾ ਜਿਹਾ, ਇਹ ਸਾਡੀ ਕਾਵਾਂ ਲੇਟ ਦੀ ਸੋਹਣੀ ਗਰਾਊਂਡ ਹੈ, ਇਹ ਵਾਮ ਬੈਠੀ ਹੈ, ਮੈਚ ਵੇਖਦੀ ਹੈ ਵੀ ਫੁੱਟਬਾਲ ਦਾ। ਬਾਕੀ ਜਨਾਬ ਅੱਜ ਵਾਸਤੇ ਇੰਨਾ ਹੀ ਕਾਫੀ ਹੈ, ਅੱਜ ਦੀ ਵੀਡੀਓ ਇੱਥੇ ਇਤਜ਼ਾਮ ਪਜ਼ੀਰ ਕਰਨੇ ਆ। ਬਾਕੀ ਯਾਰ ਤੁਹਾਡੇ ਅੱਗੇ ਰਿਕੁਐਸਟ ਹੈ, ਵਾਰ ਵਾਰ ਅਸੀਂ ਗੱਲ ਕਰਨੇ ਆ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੋਈ ਨਹੀਂ ਕਰਦੇ, ਠੀਕ ਹੈ? ਅਤੇ ਚੈਨਲ ਨੂੰ ਜੋ ਜਿਹੜਾ ਨਾ ਅੱਛੀ ਤਰ੍ਹਾਂ ਸਬਸਕ੍ਰਾਈਬ ਕਰੋ, ਉਸ ਤੋਂ ਬਾਅਦ ਆਪਣੇ ਭਰਾ ਨੂੰ ਸਪੋਰਟ ਕਰੋ ਜ਼ਿਆਦਾ ਤੋਂ ਜ਼ਿਆਦਾ। ਬਾਕੀ ਅੱਲਾ ਹਾਫਿਜ਼, ਅਸਲਾਮ ਵਾਲੇਕੁਮ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।